ਗਿੱਦੜਵਾ, ਗਿੱਦੜਵਾ ਤੋਂ ਬਠਿੰਡੇ, ਬਠਿੰਡੇ ਤੋਂ ਲੁਧਿਆਣਾ, ਇਹ ਤਾਂ ਹਰ ਜਗ੍ਹਾ ਜਿਹੜਾ ਉਹ ਫੇਰਾ ਲਾਉਂਦੇ ਆ। ਫਿਰ ਕਹਿੰਦੇ ਅਸੀਂ ਦਿੱਲੀ ਵੀ ਲਾਇਆ ਹੈ। ਅਤੇ ਇੱਥੇ ਸਭ ਤੋਂ ਵੱਡੀ ਗਦਾਰੀ ਇਹਨਾਂ ਨੇ ਕੀਤੀ ਲੁਧਿਆਣੇ ਦੇ ਲੋਕਾਂ ਨਾਲ, ਕਾਂਗਰਸ ਦੇ ਵਰਕਰ ਨਾਲ। ਟਿਕਟ ਲੋਕਾਂ ਨੂੰ ਵੰਡਦੇ ਆ ਪ੍ਰਧਾਨ, ਇਹਨਾਂ ਨੇ ਟਿਕਟ ਆਪਣੇ ਆਪ ਨੂੰ ਹੀ ਦੇ ਲਈ। ਇੰਨਾ ਡਰ ਸੀ ਬੜੇ ਉਹਨਾਂ ਨੂੰ ਵੀ ਮੈਂ ਫੇਸ ਨਹੀਂ ਕਰ ਪਾਊਂਗਾ ਜਿਹੜੇ ਮੇਰੇ 'ਤੇ ਚਾਰਜਿਸ ਨੇ। ਜਿਹੜਾ CM ਆ ਭਗਵੰਤ ਮਾਨ, ਉਹਨੇ ਟਾਈਟ ਕੀਤੀ ਵਿੱਚ ਉਹਦੀ। ਅੱਜ ਅੰਮ੍ਰਿਤ ਦਾ ਬਿਲਿੰਗ ਵੀ ਅੱਜ ਤੋਂ ਬਾਅਦ ਕੰਪੇਨ ਕਰਨ ਨਹੀਂ ਜਾ ਸਕਣਗੇ। ਪ੍ਰਚਾਰ ਲਗਾਤਾਰ ਜਾਰੀ ਹੈ, ਰਵਨੀਤ ਸਿੰਘ ਬਿੱਟੂ ਹੋਰਾਂ ਨਾਲ ਲਗਾਤਾਰ ਗੱਲਬਾਤ ਜਾਰੀ ਹੈ। ਬਿੱਟੂ ਸਾਹਿਬ, ਰਾਜਾ ਵੜਿੰਗ ਆਏ ਨੇ, ਲੇਕਿਨ ਉਹਨਾਂ ਦੀ ਜਿਹੜੀ ਧਰਮ ਪਤਨੀ ਨੇ ਅੰਮ੍ਰਿਤਾ ਵੜਿੰਗ, ਉਹ ਜਿਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ, ਖਤਰੇ ਦੀ ਘੰਟੀ ਹੈ। ਫਿਰ ਕੈਂਡੀਡੇਟ ਹੀ ਉਹਨਾਂ ਨੂੰ ਬਣਾ ਦੇਣਾ ਸੀਗਾ ਜੇ। ਇੰਨਾ ਡਰ ਸੀ ਵੜਿੰਗ ਹੋਣਾ ਨੂੰ ਵੀ ਮੈਂ ਫੇਸ ਨਹੀਂ ਕਰ ਪਾਊਂਗਾ ਜਿਹੜੇ ਮੇਰੇ 'ਤੇ ਚਾਰਜਿਸ ਨੇ। ਅਸਲੀ ਗੱਲ ਕੀ ਆ, ਕਿਉਂ ਉਹ ਕੰਪੇਨ ਨਹੀਂ ਕਰ ਰਹੇ? ਉਹਦੇ ਪਿੱਛੇ ਵੀ ਤੁਸੀਂ ਸਮਝਿਆ ਕੀ ਆ ਵੀ ਪਿੱਛੋਂ ਜਿਹੜਾ CM ਆ ਭਗਵੰਤ ਮਾਨ, ਉਹਨੇ ਟਾਈਟ ਕੀਤੀ ਹੋਈ ਝੂੜੀ ਵੀ ਭਾਈ ਤੇਰੇ ਇਕੱਲੇ ਇਕੱਲੇ ਦੇ ਮੈਂ ਕੇਸ ਜਿਹੜੇ ਆ ਤੇਰੇ ਬਾਡੀ ਵਾਲੇ, ਕਿਉਂਕਿ ਬਾਡੀ ਆਪਦੀ ਅਤੇ ਬੱਸਾਂ ਦੀ ਬਾਡੀ ਦਾ ਜ਼ਿਕਰ ਕਰ ਰਹੇ। ਹਰ 3 ਲੱਖ ਰੁਪਈਆ, 1-2 ਕਰੋੜ ਸਿੱਧਾ ਤੇਲ 'ਚ, ਅਤੇ ਉਹ ਬਹੁਤ ਵੱਡਾ ਘਪਲਾ ਹੈ। ਉਹ 700 ਬੱਸ ਆ, 700 ਬੱਸ 3 ਲੱਖ ਲਾ ਲਓ ਰੁਪਈਆ ਕਿੰਨਾ। ਉਹ 'ਚ ਦੋਨੋਂ ਹੀ ਜਿਹੜਾ ਜਨਰਲ ਸੈਕਟਰੀ ਇੰਚਾਰਜ ਸੀ ਉਸ ਵੇਲੇ ਦੇ ਰਾਜਸਥਾਨ ਤੋਂ, ਉਹ ਅਤੇ ਇਹ ਸਾਰੇ ਉਹਦੇ ਵਿੱਚ ਫਸੇ ਆ। ਅਤੇ ਇਸ ਕਰਕੇ ਉਹ ਪਿੱਛੋਂ ਇਹ ਹੁਕਮ ਆ, ਅਤੇ ਉਹਨਾਂ ਨੇ ਆਪਣੇ ਧਰਮ ਪਤਨੀ ਜਿਹੜੇ ਅੰਮ੍ਰਿਤਾ ਵੜਿੰਗ ਨੇ, ਸਾਡੀ ਭੈਣ, ਉਹਨਾਂ ਨੂੰ ਕੰਪੇਨ ਲਈ ਕੀਤਾ ਹੋਇਆ ਮੂਹਰੇ। ਪਰ ਹੁਣ ਇੱਕ ਗੱਲ ਬੜੀ ਜਿਹੜੀ ਕਿ ਪਿਛਲੇ 2-3 ਦਿਨ 'ਚ ਇੱਕਦਮ ਟਰਨਿੰਗ ਪੁਆਇੰਟ ਆਇਆ। ਉਹਨਾਂ ਨੂੰ ਇੱਕ ਔਰਤ ਨੇ, ਇੱਕ ਮਹਿਲਾ ਨੇ, ਅਤੇ ਉਹਨਾਂ ਨੂੰ ਬੜਾ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਆ, ਪਰ ਉਹਨਾਂ ਨੂੰ ਵੀ ਸੋਚ ਸਮਝ ਕੇ ਕਰਨੀ ਚਾਹੀਦੀ ਸੀ। ਉਹਨਾਂ ਨੇ ਬਿਲਕੁਲ, ਪਹਿਲੀ ਗੱਲ ਤਾਂ ਕੱਲ੍ਹ ਨੋਮੀਨੇਸ਼ਨ ਜਦੋਂ ਹੋਏ ਨਾ, ਅਸੀਂ ਹਜ਼ਾਰਾਂ ਲੋਕ ਲੁਧਿਆਣੇ ਦੇ ਨਾਲ, ਉਹ ਲੁਧਿਆਣੇ 'ਚੋਂ ਇੱਕ ਵੀ ਨਾ ਉਹਨਾਂ ਦੇ ਨਾਲ, 5-6 ਹਲਕਿਆਂ ਦੇ ਨਾਲ, ਨਾ ਆਸ਼ੂ ਜੀ, ਨਾ ਡਾਬਰ ਸਾਹਿਬ, ਨਾ ਪਾਂਡੇ ਜੀ, ਨਾ ਸੰਜੇ, ਨਾ ਵੈਦ ਸਾਹਿਬ, ਨਾ ਸੰਦੀਪ ਸੰਧੂ ਸ਼ਾਇਦ ਸੀਗੇ, ਇੱਕ ਜਾਂ ਨੌ ਨਹੀਂ ਸੀ, 3 ਪਰਿਵਾਰ ਦੇ ਮੈਂਬਰ। ਅਤੇ ਉਦੋਂ ਬਾਅਦ ਇੱਕ ਬਲਕਾਰ ਸਿੰਘ ਸਿੱਧੂ, ਜਿਹੜੇ ਉਹਨਾਂ ਦੇ ਆਪਣੇ ਉਹਦੇ ਸਿੱਧੂ ਮੂਸੇਵਾਲੇ ਸਾਹਿਬ ਦੇ ਫਾਦਰ, ਅਤੇ ਇੱਕ ਕੋਈ IG ਰਿਟਾਇਰ ਹੋਇਆ ਫਿਰੋਜ਼ਪੁਰ ਤੋਂ, ਉਹ ਨਾਲ ਆਏ ਹੋਏ। ਉਹਦਾ ਕਾਰਨ ਕੀ ਹੋਇਆ ਵੀ ਜਦੋਂ ਇਹਨਾਂ ਨੇ ਬੈਂਸ ਬ੍ਰਦਰਸ ਨੂੰ ਜੁਆਇਨ ਕਰਵਾਇਆ, ਇੱਥੇ ਇਹ ਕਹਿੰਦੇ ਰਹੇ ਵੀ ਮੈਂ ਨਹੀਂ ਕਰਾ ਰਿਹਾ ਜੁਆਇਨ, ਮੈਂ ਨਹੀਂ ਕਰਾ ਰਿਹਾ, ਹਾਈ ਕਮਾਂਡ ਕਰਾ ਰਹੀ ਆ ਜੁਆਇਨ, ਰਾਹੁਲ ਗਾਂਧੀ ਕਰਾ ਰਹੇ ਆ। ਇਹ ਗੱਲਾਂ ਬੱਚਿਆਂ ਵਾਲੀਆਂ, ਇਹ ਕਿਹਨੂੰ ਨਹੀਂ ਪਤਾ ਹੁੰਦਾ ਕੌਣ ਜੁਆਇਨ ਕਰਾ ਰਿਹਾ। ਹੁਣ ਹੋਇਆ ਕੀ, ਪੂਰੇ ਲੁਧਿਆਣੇ 'ਚ ਸ਼ਾਇਦ ਇਹ ਬਾਹਰਲੇ ਨੇ, ਇਹਨਾਂ ਨੂੰ ਨਹੀਂ ਪਤਾ ਹੋਣਾ ਇਹ ਗੱਲਾਂ, ਇਹਨਾਂ ਨੇ ਐਡੀ ਵੱਡੀ ਗਦਾਰੀ ਕੀਤੀ ਕਾਂਗਰਸ ਨਾਲ। ਹਰ ਬੰਦੇ ਨੂੰ ਪਹਿਲਾਂ ਤਾਂ ਕਾਂਗਰਸ ਪ੍ਰਧਾਨ ਆ, ਕਿਉਂਕਿ ਟਿਕਟ ਤਾਂ ਇਹਨਾਂ ਨੇ ਆਪਣੇ ਆਪ ਨੂੰ ਹੀ ਦੇ ਲਈ, ਟਿਕਟ ਲੋਕਾਂ ਨੂੰ ਵੰਡਦੇ ਆ ਪ੍ਰਧਾਨ, ਇਹਨਾਂ ਨੇ ਟਿਕਟ ਆਪਣੇ ਆਪ ਨੂੰ ਹੀ ਦੇ ਲਈ। ਅਤੇ ਇੱਥੇ ਸਭ ਤੋਂ ਵੱਡੀ ਗਦਾਰੀ ਇਹਨਾਂ ਨੇ ਕੀਤੀ ਲੁਧਿਆਣੇ ਦੇ ਲੋਕਾਂ ਨਾਲ, ਕਾਂਗਰਸ ਦੇ ਵਰਕਰ ਨਾਲ। ਉਹਨਾਂ ਦੇ ਕਿਸੇ ਵੀ ਲੀਡਰ ਨੂੰ ਇਹਨਾਂ ਨੇ ਟਿਕਟ ਨਹੀਂ ਦਿੱਤੀ, ਪਹਿਲੀ ਗਦਾਰੀ ਇਹ ਰਿਜੈਕਟ ਕਰਤਾ। ਫਿਰ ਉਹਨਾਂ ਦੇ ਉੱਤੇ ਗਦਾਰੀ ਇਹ ਕੀਤੀ ਵੀ ਸਭ ਤੋਂ ਉੱਤੇ ਬੈਂਸ ਭਰਾ ਨੇ ਜਿਹੜੇ ਦੋਨੋਂ, ਉਹ ਬਿਠਾ ਕੇ ਲਿਆ ਕੇ ਰੱਖਦੇ, ਉਹ ਨੇ ਜਿਹਨਾਂ ਨੂੰ ਇਹ ਲੀਡਰ ਮੰਨਦੇ ਆ, ਜਿਹਨਾਂ ਨੂੰ ਇਹ ਮਾਂ ਮੰਨਦੇ ਆ, ਉਹਨਾਂ ਨੂੰ ਉਹ ਬੈਂਸ ਸਾਹਿਬ, ਤੁਸੀਂ ਦੇਖ ਲਿਓ ਵੀ ਕੀ ਕੁਛ ਉਹਨਾਂ ਨੂੰ ਕਹਿੰਦੇ ਰਹੇ ਨੇ, ਕੀ ਕੁਛ ਉਹ ਰਾਜੀਵ ਗਾਂਧੀ ਨੂੰ ਕਹਿੰਦੇ ਰਹੇ ਆ, ਕੀ ਕੁਛ ਉਹ ਸੋਨੀਆ ਗਾਂਧੀ ਜੀ ਨੂੰ ਕਹਿੰਦੇ ਰਹੇ ਆ, ਕੀ ਕੁਛ ਉਹ ਰਾਹੁਲ ਗਾਂਧੀ ਨੂੰ ਕਹਿੰਦੇ ਰਹੇ ਆ। ਅਤੇ ਇਸ ਕਰਕੇ ਸਾਰੀ ਕਾਂਗਰਸ ਅੱਜ ਬਿਲਕੁਲ
ਟੁੱਟ ਕੇ ਬਹਿ ਗਈ ਕਿਉਂਕਿ ਜਿਹੜੇ ਜਿਹਨਾਂ ਪਾਰਟੀ ਦੇ ਗਾਂਧੀ ਫੈਮਿਲੀ ਜਿਹੜੇ ਲੀਡਰ ਨੇ ਜਿਹਨਾਂ ਦੇ ਉਹਨਾਂ ਨੂੰ ਤੇ ਇੱਕ ਤਰ੍ਹਾਂ ਦੇ ਉਹ ਨੰਗਾ ਕਰਦੇ ਰਹੇ ਆ ਬੁੱਲ ਪੁੱਲ, ਉਹ ਗਲਤ ਲਫ਼ਜ਼ ਵਰਤਦੇ ਰਹੇ ਨੇ ਤੇ ਅੱਜ ਕਾਂਗਰਸ ਤਾਂ ਉਹ ਘਰੇ ਬਹਿ ਗਈ ਵੀ ਇਹ ਕੀ। ਦੂਜੀ ਗੱਲ, ਅੱਜ ਅੰਮ੍ਰਿਤਾ ਬਿੜਿੰਗ ਵੀ ਅੱਜ ਤੋਂ ਬਾਅਦ ਕੰਪੇਨ ਕਰਨ ਨਹੀਂ ਜਾ ਸਕਣਗੇ। ਕਾਰਨ ਕੀ ਆ ਵੀ ਤਿੰਨ ਲੇਡੀਜ਼, ਦੋ ਤਾਂ ਉਰੇ ਲਗਾਤਾਰ 10 ਮਹੀਨੇ ਧਰਨੇ ਤੇ ਬੈਠੇ ਨੇ ਡੀਸੀ ਆਫਿਸ ਦੇ ਮੂਹਰੇ, ਕਮਿਸ਼ਨਰ ਆਫਿਸ ਦੇ ਮੂਹਰੇ 10 ਮਹੀਨੇ, ਜਿਨ੍ਹਾਂ ਦੇ ਨਾਲ ਬਾਰ ਬਾਰ ਰੇਪ ਹੋਇਆ, ਜਿਨ੍ਹਾਂ ਦੇ ਨਾਲ ਬਾਰ ਬਾਰ ਬਲਾਤਕਾਰ ਹੋਏ, ਅਖੀਰ ਪੁਲਿਸ ਨੇ FIR ਨਹੀਂ ਕੀਤੀ, ਅਖੀਰ ਹਾਈ ਕੋਰਟ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਬਈ ਇਹ ਬਲਾਤਕਾਰੀ ਐਡੇ ਵੱਡੇ ਕੇਸ ਨੇ ਤੁਸੀਂ ਕਰ ਕੀ ਰਹੇ ਹੋ। ਉਦੋਂ ਬਾਅਦ ਪੁਲਿਸ ਨੇ ਕੇਸ ਰਜਿਸਟਰ ਕਰਕੇ ਸਾਰਾ ਕੁਛ ਹੋ ਕੇ ਜੇਲ੍ਹ 'ਚ ਕੀਤੇ, ਜੇਲ੍ਹ 'ਚ ਘੱਟੋ ਘੱਟ ਸਾਲ ਰਹੇ, ਸਾਲ ਤੋਂ ਬਾਅਦ ਬੇਲ ਹੋਈ, ਹੁਣ ਵੀ ਬੇਲ 'ਤੇ ਨੇ ਅਤੇ ਅੱਜ ਉਹ ਕੇਸ ਲਗਾਤਾਰ ਉਹ ਚੱਲ ਰਿਹਾ ਰੇਪ ਦਾ। ਅਤੇ ਇਹਨਾਂ ਨੂੰ ਤਾਂ ਕੋਈ ਘਰੇ ਨਹੀਂ ਵਾੜਦਾ, ਅਗਲਾ ਡਰਦਾ ਹੈ ਵੀ ਯਾਰ ਇਹ ਕਿਸੇ ਧੀ ਭੈਣ ਕਿਸੇ ਦੀ ਵੀ ਇਹਨਾਂ ਨੂੰ ਅੰਦਰ ਕਿਵੇਂ ਵਾੜੀਏ। ਅਤੇ ਹੁਣ ਅੰਮ੍ਰਿਤਾ ਬਿੜਿੰਗ ਇਹਨਾਂ ਦਾ ਸਹਾਰਾ ਬਣ ਕੇ ਇਹਨਾਂ ਨੂੰ ਫਿਰ ਲੋਕਾਂ ਦੇ ਧੀਆਂ ਭੈਣਾਂ ਦੇ ਘਰੇ ਕਿਹੜੇ ਮੂੰਹ ਨਾਲ ਲੈ ਕੇ ਜਾਊਗੀ। ਅਤੇ ਅੱਜ ਮੈਂ ਸਾਰੀਆਂ ਮਾਵਾਂ ਭੈਣਾਂ ਨੂੰ ਕਹਿਣਾ, ਜਿਹੜੇ ਵੀ ਅੰਮ੍ਰਿਤਾ ਬਿੜਿੰਗ ਜਿਹਨਾਂ ਨੂੰ ਚੁੰਨੀਆਂ ਵਟਾਉਂਦੇ ਸੀ, ਜਿਹਨਾਂ ਨਾਲ ਅੱਗੇ ਘਰਾਂ 'ਚ ਜਾਣਗੇ, ਹੁਣ ਦੱਸਣ ਵੀ ਉਹ ਇੱਕ ਰੇਪ ਵਿਕਟਮ ਨੂੰ ਉਹਦੇ ਮੈਸੇਜ ਕੀ ਦੇਣਾ ਚਾਹੁੰਦੇ ਆ ਵੀ ਰਾਹੁਲ ਗਾਂਧੀ ਜਿਨ੍ਹਾਂ ਨੇ ਇਹੋ ਜਿਹੇ ਕੰਮ ਕੀਤੇ ਉਹਨਾਂ ਨੂੰ ਜੁਆਇਨ ਕਰਾਉਂਦਾ। ਅਤੇ ਕਿਹੜੇ ਮੂੰਹ ਨਾਲ ਉਹ ਸਾਡੀ ਉਰੇ ਧੀ ਭੈਣ ਨੂੰ ਇਹ ਕਹਿਣਗੇ ਵੀ ਸਾਨੂੰ ਵੋਟ ਪਾਓ, ਅਤੇ ਇੱਕ ਅਸੀਂ ਬਲਾਤਕਾਰੀ ਨੂੰ ਤੁਹਾਡਾ ਇਹ ਜਿਹੜਾ ਲੀਡਰ ਲਿਆਂਦਾ ਹੈ ਬਣਾ ਕੇ। ਕਿਸ ਤਰੀਕੇ ਨਾਲ ਸਾਡੀ ਮਾਂ, ਕਿਸ ਤਰੀਕੇ ਨਾਲ ਸਾਡੀ ਭੈਣ ਉਰੇ ਸੇਫ ਹੋਊਗੀ, ਜਿਹੜੀ ਕਾਂਗਰਸ ਪਾਰਟੀ ਨੇ ਜਿਹਨੂੰ ਕਿਸੇ ਨੇ ਜੁਆਇਨ ਨਹੀਂ ਕਰਾਇਆ, ਸਾਡੇ ਲਈ ਬੜਾ ਟਰਾਈ ਕਰ ਰਹੇ ਸੀ, ਬੜੇ ਟੈਲੀਫੋਨ 'ਤੇ ਗੱਲਾਂ ਹੁੰਦੀਆਂ ਸੀ, ਮੈਸੇਜ ਆਉਂਦੇ ਸੀ ਸਾਡੇ ਇੱਕ ਦੂਜੇ ਦੇ ਨਾਲ, ਪਰ ਹਾਈ ਕਮਾਂਡ ਨੇ ਨਹੀਂ ਜੁਆਇਨ ਕਰਾਇਆ। ਅਤੇ ਅੱਜ ਅੰਮ੍ਰਿਤਾ ਬਿੜਿੰਗ ਜੀ ਜ਼ਰੂਰ ਜਵਾਬ ਦੇਣ ਵੀ ਇਹ ਜਿਹੜੇ ਰੇਪਿਸਟ ਨੇ ਇਹਨਾਂ ਨੂੰ ਤੁਸੀਂ ਜੁਆਇਨ ਕਰਾ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ, ਕਿਵੇਂ ਅੱਜ ਲੁਧਿਆਣੇ ਦੀਆਂ ਮਹਿਲਾਵਾਂ ਨੂੰ ਅੱਜ ਕਿਵੇਂ ਤੁਸੀਂ ਫੇਸ ਕਰੋਗੇ, ਉਹਨਾਂ ਨੂੰ ਕੀ ਕੀ ਕਹੋਗੇ ਤੁਸੀਂ। ਲੇਕਿਨ ਦੋ ਵਿਧਾਨ ਸਭਾ ਹਲਕਿਆਂ 'ਚ ਬੈਂਸ ਭਰਾਵਾਂ ਦਾ ਵੱਡਾ ਦਬਦਬਾ ਰਿਹਾ, ਤੁਹਾਡੇ ਲਈ ਥ੍ਰੈਟ ਹੈ? ਨਹੀਂ ਰਿਹਾ, ਪਾਸਟ ਇਜ਼ ਪਾਸਟ, ਪੁਰਾਣਾ ਪੁਰਾਣਾ ਹੋ ਗਿਆ। ਪਿਛਲੀ ਵਿਧਾਨ ਸਭਾ ਦੇ ਵਿੱਚ ਤਾਂ ਜ਼ਮਾਨਤਾਂ ਜ਼ਬਤ ਹੋਈਆਂ ਹੈ ਦੋਨਾਂ ਦੀਆਂ, ਕਿਉਂਕਿ ਉਹ ਤੋਂ ਬਾਅਦ ਇਹ ਕੇਸ ਆਏ ਨਾ, ਉਦੋਂ ਪਹਿਲਾਂ ਇਹ ਕੇਸ ਨਹੀਂ ਸੀ। ਪੰਕਜ ਜੀ ਤੁਸੀਂ ਬਿਲਕੁਲ ਸਹੀ ਕਿਹਾ ਵੀ ਉਰੇ ਲੋਕਾਂ ਨੇ ਬਹੁਤ ਵੱਡਾ ਫਤਵਾ ਉਹਨਾਂ ਨੂੰ ਦਿੰਦੇ ਰਹੇ ਆ, ਬੜੇ ਤਕੜੇ ਮਾਰਜਨਾਂ ਨੂੰ ਜਿੱਤਦੇ ਰਹੇ ਆ। ਪਰ ਜਦੋਂ ਪਤਾ ਲੱਗਿਆ ਵੀ ਇਹ ਦਫ਼ਤਰ ਜਿਹੜੇ ਕਹਿੰਦੇ ਸੀ ਦਫ਼ਤਰ ਖੋਲ੍ਹੇ ਹੋਏ ਆ, ਅਸੀਂ ਕੰਮ ਕਰਦੇ ਹਾਂ, ਉੱਥੇ ਕੰਮ ਤਾਂ ਚੱਲਦਾ ਸੀ, ਜਿੰਨੇ ਵੀ ਲੋਕ ਉੱਥੇ ਕੰਮ ਕਰਾਉਣ ਆਉਂਦੇ ਸੀ, ਜਿੰਨੀਆਂ ਵੀ ਵਿਸ਼ਵਾਸ ਜਿਹੜਾ ਸੀ ਧੀਆਂ ਭੈਣਾਂ ਦਾ, ਉਹ ਪਤਾ ਤਾਂ ਬਾਅਦ 'ਚ ਲੱਗਿਆ ਜਦੋਂ ਉਹਨਾਂ ਨੇ ਦੱਸਿਆ ਵੀ ਸਾਨੂੰ ਕਿਸ ਤਰੀਕੇ ਨਾਲ 10-10 ਸਾਲ ਤੋਂ ਸਾਡੇ ਨਾਲ ਰੇਪ ਹੋ ਰਹੇ ਆ, ਕਿਸ ਤਰੀਕੇ ਨਾਲ ਰੋਜ਼ ਸਾਨੂੰ ਕਿਹਾ ਜਾਂਦਾ ਵੀ ਹੋਰ ਜਿਹੜੇ ਆ ਆਪਣਾ ਯੰਗ ਜਿਹੜੇ ਹੋਰ ਸਾਡੇ ਨਾਲ ਜੋੜੋ। ਅੰਮ੍ਰਿਤਾ ਬਿੜਿੰਗ ਹੋਰਾਂ ਨੂੰ ਤੁਸੀਂ ਬਾਹਰੀ ਟੈਗ ਲਗਾਉਂਦੇ ਹੋ, ਬਿੜਿੰਗ ਹੋਰਾਂ ਨੂੰ, ਉਹ ਕਹਿੰਦਾ ਕਿ ਸੂਬੇ ਦਾ ਕਾਂਗਰਸ ਦਾ ਪ੍ਰਧਾਨ ਆ, ਬਾਹਰੀ ਕਿਵੇਂ ਹੋ ਸਕਦਾ ਲੁਧਿਆਣੇ ਦਾ? ਨਹੀਂ ਫਿਰ ਲੁਧਿਆਣੇ ਦੇ ਕਿਵੇਂ, ਕਿੱਥੋਂ ਨੇ ਉਹ, ਮੈਨੂੰ ਇਹ ਦੱਸੋ ਨਾ। ਜੇ ਲੁਧਿਆਣੇ ਦੇ, ਮੈਂ ਤਾਂ ਇਹ ਕਹਿਣਾ ਵੀ ਲੁਧਿਆਣੇ ਨੂੰ ਕਿਉਂ ਨਹੀਂ ਟਿਕਟ? ਹਾਂ ਤੁਸੀਂ ਜਿੱਥੇ ਦੇ ਹੈਗੇ ਹੋ ਤੁਸੀਂ ਦੱਸੋ ਵੀ ਤੁਸੀਂ ਆਪਣੇ ਕਰਮ ਭੁੰਨੀ ਗਿੱਦੜਵਾ ਨੂੰ, ਦਿਲ 'ਚ ਤੁਹਾਡੇ ਗਿੱਦੜਵਾ ਹੈ, ਤੁਸੀਂ ਇਹ ਦੱਸੋ ਵੀ ਅਗਲੇ ਦਿਨਾਂ 'ਚ ਤੁਸੀਂ ਕੀ ਗਿੱਦੜਵਾ ਨੂੰ ਛੱਡੋ? ਤੁਸੀਂ ਬਠਿੰਡੇ ਚਲੇ ਗਏ, ਉੱਥੇ ਚੁੰਨੀਆਂ ਬਿਠਾ ਲਈਆਂ, ਤੁਹਾਡਾ ਨੰਬਰ 2211 ਸੀ ਟੈਲੀਫੋਨ ਨੰਬਰ ਤੁਹਾਡਾ, ਤੁਸੀਂ ਉੱਥੇ ਨੰਬਰ ਸਭ ਨੂੰ ਦਿੱਤਾ, ਜਦੋਂ ਤੁਸੀਂ ਉੱਥੋਂ ਬਠਿੰਡੇ ਤੋਂ ਹਾਰ ਗਏ ਮੁੜ ਕੇ ਤੁਸੀਂ ਟੈਲੀਫੋਨ ਨੰਬਰ ਬਦਲਿਆ ਬਿੜਿੰਗ ਸਾਹਿਬ, ਉਹ ਨੰਬਰ ਕਿੱਥੇ ਆ ਜਿਹੜਾ ਤੁਸੀਂ ਬਠਿੰਡੇ ਦੇ ਕੇ ਗਏ ਸੀ, ਬਠਿੰਡੇ ਵਾਲਿਆਂ ਨੂੰ ਦੇ ਕੇ ਗਏ ਸੀ? ਅੱਜ ਉਹਨਾਂ ਨੂੰ ਪੁੱਛ ਲਓ ਵੀ ਉਹ ਟੈਲੀਫੋਨ ਨੰਬਰ ਇਹਨਾਂ ਦਾ ਕੌਣ ਚੱਕਦਾ ਹੈ? ਟੈਲੀਫੋਨ ਬੰਦ ਕਰਤਾ, ਨਵਾਂ ਨੰਬਰ ਲੈ ਲਿਆ, ਹੁਣ ਇੱਥੇ ਲੁਧਿਆਣੇ 'ਚ
ਬੋਰਡਾਂ ਤੇ ਲਿਖਾ ਰਹੇ ਆ ਨਵਾਂ ਨੰਬਰ, ਇੱਕ ਤਰੀਕ ਤੋਂ ਬਾਅਦ ਇਹ ਟੈਲੀਫੋਨ ਫੇਰ ਬਦਲਿਆ ਜਾਣਾ। ਇਸ ਕਰਕੇ ਇਹ ਗੱਲਾਂ ਨੇ, ਸਿਰਫ ਮੈਂ ਤਾਂ ਇਹ ਕਹਿਣਾ ਵੀ ਲੁਧਿਆਣੇ ਵਾਲੇ ਇਹਨਾਂ ਨੂੰ ਕਿੱਥੇ ਲੱਭਣਗੇ। ਇਹ ਤਾਂ ਇਲੈਕਸ਼ਨ ਕਰ ਰਹੇ ਆ ਡਰਾਮਾ, ਅਸੀਂ ਕੋਠੀ ਲੈ ਲਈ, ਅਸੀਂ ਕਾਗਜ਼ ਦਿਖਾਵਾਂਗੇ, ਅਸੀਂ ਆਹ ਕਰਾਂਗੇ। ਬੱਚੇ ਇਹਨਾਂ ਦੇ ਜਿਹੜੇ ਆ ਚੰਡੀਗੜ੍ਹ ਪੜ੍ਹਦੇ ਆ, ਇਹਨਾਂ ਦੇ ਵਾਈਫ ਚੰਡੀਗੜ੍ਹ ਰਹਿੰਦੇ ਆ, ਅਤੇ ਇਸ ਕਰਕੇ ਇਹ ਗੱਲਾਂ ਬਿਲਕੁਲ ਝੂਠੀਆਂ ਨੇ। ਇਹ ਇਸ ਵੇਲੇ ਵੈਸੇ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਲੁਧਿਆਣੇ ਕਿਵੇਂ ਰਹਿ ਸਕਦੇ ਆ? ਪ੍ਰਧਾਨ ਨੇ ਤਾਂ ਰਹਿਣਾ ਹੀ ਚੰਡੀਗੜ੍ਹ ਹੁੰਦਾ, ਠੀਕ ਹੈ। ਇਹ ਮਜ਼ਾਕ ਵਾਲੀਆਂ ਗੱਲਾਂ ਨੇ। ਪਹਿਲਾਂ ਇਹ ਗਿੱਦੜਵਾ, ਗਿੱਦੜਵਾ ਤੋਂ ਬਠਿੰਡੇ, ਬਠਿੰਡੇ ਤੋਂ ਲੁਧਿਆਣਾ, ਇਹ ਤਾਂ ਹਰ ਜਗ੍ਹਾ ਜਿਹੜਾ ਉਹ ਫੇਰਾ ਲਾਉਂਦੇ ਆ। ਫਿਰ ਕਹਿੰਦੇ ਅਸੀਂ ਦਿੱਲੀ ਵੀ ਲਾਇਆ ਹੈ।